सत श्री अकाल जी, स्वागत है तुहाडे तुहाडे अपने यूट्यूब चैनल ट्रेंडी अलर्ट ते। बीते दिन तो ही जशन कौर गिल दियां एंगेजमेंट वीडियोस देख के ऑडियंस के मना दे विच एक सवाल जरूर आ रहा होगा कि आखिर जशन कौर गिल नू इकल्या नू ही शगन क्यों लगाया गया। पूरी रोका सैरेमनी दे विच जशन कौर इकली सी, उन्हां दे होण वाले हसबेंड उन्हां दे नाल नजर क्यों नहीं आए, अते ना ही जशन कौर गिल ने खुद अपने हसबेंड बारे कुछ रिवील किया है। तुसी स्क्रीन उपर भी वीडियो चलदी देख सकते हो जिदे विच जशन नू इकल्या ही शगन लगाया जा रहा है, उन्हां दी रोका सैरेमनी की जा रही है। ਤਾਂ ਤੁਹਾਨੂੰ ਦੱਸ ਦਈਏ ਜਸ਼ਨ ਕੌਰ ਗਿੱਲ ਦੇ ਹਸਬੈਂਡ ਆਊਟ ਆਫ ਕੰਟਰੀ ਰਹਿੰਦੇ ਨੇ, ਉਹ ਇਸ ਵਕਤ ਫੋਰਨ ਵਿੱਚ ਰਹਿ ਰਹੇ ਨੇ, ਜਿਸ ਕਰਕੇ ਉਹ ਰੋਕਾ ਸੈਰੇਮਨੀ ਤੇ ਜਸ਼ਨ ਗਿੱਲ ਦੇ ਨਾਲ ਨਜ਼ਰ ਨਹੀਂ ਆਏ। ਇਸ ਦਾ ਅੰਦਾਜ਼ਾ ਤੁਸੀਂ ਸਕਰੀਨ ਉੱਪਰ ਚੱਲਦੀ ਇਸ ਵੀਡੀਓ ਤੋਂ ਲਗਾ ਸਕਦੇ ਹੋ, ਜਿਸ ਦੇ ਵਿੱਚ ਜਸ਼ਨ ਕੌਰ ਗਿੱਲ ਆਪਣੀ ਮਹਿੰਦੀ ਵੀਡੀਓ ਕਾਲ ਰਾਹੀਂ ਆਪਣੇ ਹਸਬੈਂਡ ਨੂੰ ਦਿਖਾ ਰਹੀ ਹੈ ਅਤੇ ਉੱਪਰ ਲਿਖਿਆ ਹੋਇਆ ਹੈ ਲਾਈਫ ਲਾਈਨ। ਉੱਥੇ ਹੀ ਦੂਸਰੀ ਵੀਡੀਓ ਦੇ ਵਿੱਚ ਜਦ ਜਸ਼ਨ ਕੌਰ ਗਿੱਲ ਨੂੰ ਸ਼ਗਨ ਪੈ ਰਿਹਾ ਸੀ ਤਦ ਵੀ ਫੋਨ ਉੱਪਰ ਉਹਨਾਂ ਦੇ ਹਸਬੈਂਡ ਦੀ ਵੀਡੀਓ ਕਾਲ ਚੱਲ ਰਹੀ ਸੀ। ਇੰਨਾ ਹੀ ਨਹੀਂ, ਰਾਤ ਨੂੰ ਡੀਜੇ ਤੇ ਇੰਜੋਏ ਕਰਦੇ ਵਕਤ ਵੀ ਰਮਨ ਕੌਰ ਗਿੱਲ ਨੇ ਆਪਣੇ ਹਸਬੈਂਡ ਨਾਲ ਵੀਡੀਓ ਕਾਲ ਦੀ ਕਲਿੱਪ ਆਪਣੇ ਸੋਸ਼ਲ ਮੀਡੀਆ ਤੇ ਸਾਡੇ ਨਾਲ ਸਾਂਝੀ ਕੀਤੀ ਹੈ। ਉਮੀਦ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਤੁਹਾਡੇ ਮਨਾਂ ਵਿੱਚ ਜੋ ਵੀ ਡਾਊਟਸ ਸਨ ਕਲੀਅਰ ਹੋ ਚੁੱਕੇ ਹੋਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਆਖਿਰ ਜਸ਼ਨ ਕੌਰ ਗਿੱਲ ਆਪਣੀ ਮੈਰਿਜ ਡੇਟ ਕਦ ਤੱਕ ਰਿਵੀਲ ਕਰਦੇ ਨੇ, ਅਤੇ ਇਹਨਾਂ ਦੀਆਂ ਮੈਰਿਜ ਅਪਡੇਟਸ ਲੈਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ।